ਅੱਜ ਗੱਲ ਕਰਦੇ ਆ ਜੀ ਬ੍ਰਾਊਨ ਕੁੜੀ ਤੇ ਅਨਮੋਲ ਕਵਾਤਰਾ ਜੀ ਤੇ ਟੋਕਰਾ ਟੀਵੀ ਬਾਰੇ ਮੈਂ 2 ਦਿਨ ਤੋਂ ਨਾ ਉਹਨਾਂ ਦੇ ਇੰਟਰਵਿਊ ਦੇਖੇ ਜਾਂ ਕਈ ਚੀਜ਼ਾਂ ਦੇਖੀਆਂ ਇੱਕ ਥਾਂ ਉਹ ਬੋਲਦੇ ਆ ਮੈਡਮ ਕਿ ਕੁੜੀਆਂ ਪੈਸੇ ਦੀਆਂ ਭੁੱਖੀਆਂ ਨਹੀਂ ਹੁੰਨੀਆਂ ਹਨਾ ਫਿਰ ਇਹ ਤਾਂ ਇੱਜ਼ਤ ਦੀਆਂ ਭੁੱਖੀਆਂ ਹੁੰਨੀਆਂ ਇਹਨਾਂ ਨੂੰ ਪਿਆਰ ਨਾ ਕੁਝ ਨਾ 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 ਇਹ ਗੱਲਾਂ ਗਲਤ ਨੇ ਜੀ ਉਹ ਮੈਂ ਬਹੁਤ ਪਿਆਰ ਨਾਲ ਬਹੁਤ ਮਿੰਤ ਉਹਨਾਂ ਦੀ ਕੀਤੀ ਸੀ ਭਗਤ ਸਿੰਘ ਦੇ ਬਾਰੇ ਮੈਂ ਪ੍ਰੋਜੈਕਟ ਸ਼ੁਰੂ ਕੀਤਾ ਸੀ ਤੇ ਉਹਨਾਂ ਨੇ ਉਹ ਸੁਣੀ ਨਹੀਂ ਉਹਨਾਂ ਨੇ ਸ਼ਰਤਾਂ ਕਈ ਦੱਸੀਆਂ ਵੀ ਹਫ਼ਤੇ ਬਾਅਦ ਮੈਂ ਡਿਲੀਟ ਕਰ ਦੋਗੀ ਇਹ ਐਦਾਂ ਹੀ ਹੁੰਦਾ ਆ ਹਨਾ ਤੇ ਮੇਰਾ ਪੇਜ ਕੋਈ ਹੋਰ ਚਲਾਉਂਦਾ ਆ ਉਹ ਉਹਨਾਂ ਦਾ ਉਹ ਜਵਾਬ ਹੈ ਤੇ ਜਿਹੜਾ ਉਹ ਕਹਿੰਦੇ ਆ ਕਿ ਹੁਣ ਆਪਣੇ ਬਾਰੇ ਕਈ ਗੱਲਾਂ ਕਰਦੇ ਆ ਉਹ ਦੇਖੋ ਮੈਂ ਉਹਨਾਂ ਤੋਂ ਦੁਖੀ ਨਹੀਂ ਹੈਗਾ ਉਹ ਕੋਈ ਮੇਰਾ ਮੇਨਾ ਜੋ ਹੋਇਆ ਮੈਂ ਉਹ ਬੋਲ ਰਿਹਾ ਆ ਇਹ ਸਿਰਫ ਮੈਂ ਤਾਂ ਕਹਿ ਰਿਹਾ ਉਹ ਜਿਹੜੇ ਕਮੈਂਟ ਪਾਉਂਦੇ ਨਾ ਉਹਨਾਂ ਕਰਕੇ ਮੈਂ ਇਹ ਗੱਲ ਕਰ ਰਿਹਾ ਤੇ ਕਮੈਂਟ ਪਾਉਣ ਵਾਲੇ ਸਾਨੂੰ ਵੀ ਇਹ ਪਤਾ ਹੈ ਸਾਨੂੰ ਵੀ ਕਈਆਂ ਨੇ ਕਿਹਾ ਕਿ ਕਹਿੰਦੇ ਵੀ ਤੁਸੀਂ ਨਾ ਐਂ ਕਰੋ ਫੇਕ ਆਈਡੀਆ ਬਣਾ ਲਓ ਤੇ ਉਤੋਂ ਜਵਾਬ ਦਿਆ ਕਰੋ ਹਨਾ ਸਾਡੇ ਤੋਂ ਉਹ ਕੰਮ ਨਹੀਂ ਹੋਣਾ ਨਾ ਅਸੀਂ ਕਰਨਾ ਤੇ ਅਨਮੋਲ ਕਵਾਤਰਾ ਜੀ ਬਾਰੇ ਇਹ ਹੈ ਭਈ ਉਹਨਾਂ ਅ ਅਨਮੋਲ ਕਵਾਤਰਾ ਜੀ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਜਿਹੜੇ ਰਿਲੇਸ਼ਨਸ਼ਿਪ ਆ ਬਹੁਤ ਛੋਟੇ ਚੱਲਦੇ ਲੌਂਗ ਟਾਈਮ ਕਿਉਂ ਨਹੀਂ ਚੱਲਦੇ ਹੁਣ ਭਾਈ ਸਾਹਿਬ ਤਾਂ ਮੇਰੇ ਕੋ ਨੰਬਰ ਨਹੀਂ ਮੈਂ ਉਹਨਾਂ ਦੇ ਕੰਮ ਦੀ ਇੱਜ਼ਤ ਕਰਦਾ ਹਾਂ ਉਹਨਾਂ ਨੂੰ ਪਹਿਲਾਂ ਲੋਕ ਗਲਤ ਬਹੁਤ ਬੋਲਦੇ ਸੀ ਅਸੀਂ ਪੰਜਾਬੀ ਕਰਦੇ ਆ ਪਹਿਲਾਂ ਪਹਿਲਾਂ ਗਲਤੀ ਬੋਲਦੇ ਆ ਪਹਿਲਾਂ ਪਹਿਲਾਂ ਕੀ ਬਹੁਤਿਆਂ ਨੂੰ ਤਾਂ ਮਰਨ ਤੋਂ ਬਾਅਦ ਹੀ ਚੰਗਾ ਕਹਿੰਦੇ ਆ ਸ਼ਿਵ ਕੁਮਾਰ ਬਟਾਲਵੀ ਲੈ ਲਓ ਸਿੱਧੂ ਲੈ ਲਓ ਹਨਾ ਤੇ ਦੀਪ ਸਿੱਧੂ ਲੈ ਲਓ ਮੂਸੇ ਵਾਲਾ ਭਾਈ ਸਾਹਿਬ ਤੇ ਇਹਨਾਂ ਦਾ ਇਹ ਹਾਲ ਰਿਹਾ ਚਲੋ ਪਰ ਇਥੋਂ ਥੋੜਾ ਜਿਹਾ ਆਪਾਂ ਨੂੰ ਚੇਂਜ ਹੋਣਾ ਚਾਹੀਦਾ ਜਦੋਂ ਆਪਾਂ ਨੂੰ ਇੱਕ ਦੋ ਵਾਰ ਇਹ ਨਾ ਚੀਜ਼ਾਂ ਤੋਂ ਸਿੱਖ ਲਈਏ ਹਨਾ ਤੇ ਅਨਮੋਲ ਕਵਤਰਾ ਜੀ ਸਵਾਲ ਕਰਦੇ ਆ ਵੀ ਰਿਲੇਸ਼ਨਸ਼ਿਪ ਬਾਰੇ ਉਹ ਤਾਂ ਸਵਾਲ ਆਪਾਂ ਉਹਨਾਂ ਨੂੰ ਪੁੱਛੀਏ ਜੀ ਵੀ ਜਿਹੜੇ ਪੋਤੇ ਆ ਪੜਪੋਤੇ ਆਲੇ ਹੋਣ ਇਹਨਾਂ ਤੋਂ ਥੋੜਾ ਸਮਾਂ ਤਲਾਕ ਲੈ ਕੇ ਆ ਗਏ ਨਾਲੇ ਇਹ ਪੱਖ ਆਪਣਾ ਰੱਖ ਰਿਹਾ ਜੀ ਦੂਜੇ ਪਾਸੇ ਉਹ ਮੁੰਡੇ ਨੇ ਹਲੇ ਪੱਕ ਕੋਈ ਨਹੀਂ ਰੱਖਿਆ ਐ ਨਹੀਂ ਹੁੰਦਾ ਭਈ ਜਿਹਦੇ ਵੀਊ ਜ਼ਿਆਦਾ ਆ ਗਿਆ ਜਿਹੜਾ ਆਪਣੇ ਬਾਰੇ ਚੰਗਾਈ ਬੋਲੀ ਜਾਂਦਾ ਹਨਾ ਆਪਾਂ ਉਹਨੂੰ ਐ ਕਹਿ ਦਈਏ ਆ ਇਦਾਂ ਤਾਂ ਬਹੁਤ ਲੋਕ ਨੇ ਜਿਹੜੇ 100% ਗਲਤ ਸੀ ਉਹ ਆਪਣੇ ਆਪ ਨੂੰ ਸੱਚਾ ਦਿਖਾ ਗਏ ਇਹ ਚੀਜ਼ਾਂ ਗਲਤ ਨੇ ਨੰਬਰ 2 ਟੋਕਰਾ ਟੀਵੀ ਵਾਲਿਆਂ ਦੇ ਮਗਰ ਮੈਂ ਸਾਲ ਲੱਗਾ ਰਹੀ ਜੀ ਆਪਣੀਆਂ ਗੱਲਾਂ ਰੱਖਣ ਲਈ ਉਹ ਨਹੀਂ ਸੁਣੀ ਉਹਨੇ ਇੱਕ ਦਿਨ ਜਰਵੈਲ ਭਾਜੀ ਦੀ ਮਿਲਣਾ ਗੱਲ ਕੀਤੀ ਸੀ ਪਰ ਉਹ ਨਾ ਜ ਐ ਆ ਉਹ ਨਾ ਕਿਉਂਕਿ ਮੈਂ ਹੀ ਮੈਂ ਬੋਲਦਾ ਜਰਨੈਲ ਭਾਜੀ ਬਾਰੇ ਜੋ ਬੋਲਦਾ ਭਾਜੀ ਕਹਿੰਦਾ ਨਾਲ ਦੇਖ ਲਓ ਜਿੱਦਣ ਉਹਨਾਂ ਦਾ ਬੋਲੂ ਉਹਨਾਂ ਦਾ ਨਾਂ ਲੈ ਕੇ ਕਲੀਅਰ ਕੱਟ ਬੋਲੂਗਾ ਕਿਉਂਕਿ ਉਹ ਮੈਨੂੰ ਬਿਜ਼ੀ ਰੱਖ ਸਕਦੇ ਸੀ ਉਹ ਮੈਨੂੰ ਪੁਰਾਣੇ ਜਾਣਦੇ ਮੇਰੇ ਕੰਮ ਬਾਰੇ ਜਾਣਦੇ ਆ ਕਈ ਜਗ੍ਹਾ ਮੈਂ ਉਹਨਾਂ ਨੂੰ ਕੰਮ ਦਲਾਇਆ ਹੈ ਗਨ ਐਂਡ ਗੋਲ ਵਰਗੀਆਂ ਫਿਲਮਾਂ 'ਚ ਮੈਂ ਬੰਦੇ ਲੈ ਕੇ ਆਪਣੇ ਮੈਂ ਫਾਈਨਲ ਕਰਾਏ ਨੇ ਸਿਕੰਦਰ ਵਿੱਚ ਮੈਂ ਕਈ ਬੰਦੇ ਫਾਈਨਲ ਕਰਾਏ ਨੇ ਪਰ ਆਪਾਂ ਜਿਹਨਾਂ ਦਾ ਸਾਥ ਦੇਦੇ ਨੇ ਉਹੀ ਸਾਨੂੰ ਦੋਏ ਗਰੁੱਪਾਂ 'ਚ ਜਾ ਕੇ ਮੁਰਾ ਬੋਲਦੇ ਆ ਹਨ ਇਹ ਚੀਜ਼ਾਂ ਸਾਡੇ 'ਚ ਹੈਗੀਆਂ ਆ ਇਹ ਇਹ ਚੀਜ਼ਾਂ ਸਾਨੂੰ ਦੂਰ ਕਰਨੀਆਂ ਪੈਣੀਆਂ ਤੇ ਇਹ ਜ਼ਰੂਰੀ ਹੈ ਇਹ ਇਹ ਚੀਜ਼ਾਂ ਮੈਂ ਤਾਂ ਅੱਜ ਕੀਤੀਆਂ ਕਿਉਂਕਿ ਜੇ ਬੇਲਾ ਨਾ ਮੈਨੂੰ ਕਰ ਦੇ ਮੈਂ ਬੇਲਾ ਨਾ ਹੁੰਦਾ ਬੇਲਾ ਮਨ ਸ਼ੈਤਾਨ ਦਾ ਘਰ ਤੇ ਮੈਂ ਸ਼ਾਇਦ 20 ਸਾਲ ਧੋਖੇ ਖਾਂਦਾ ਰਿਹਾ ਜੀ ਬੋਲਿਆ ਨਹੀਂ ਕਿਸੇ ਲਈ ਸ਼ੈਤਾਨ ਦਾ ਘਰ ਫਿਰ ਸ਼ੈਤਾਨੀ ਕਹਿ ਲਓ ਭਾਵੇਂ ਸੱਚ ਬੋਲਣ ਨੂੰ ਸ਼ੈਤਾਨੀ ਕਹਿ ਲਓ ਤੁਸੀਂ ਪਰ ਮੈਂ ਫਿਰ ਹੁਣ ਤਾਂ ਆਪਾਂ ਸੱਚ ਹੀ ਸਾਹਮਣੇ ਲੈ ਕੇ ਆਵਾਂਗੇ ਜੀ ਅਗਲੀ ਵਾਰ ਅਗਲੇ ਆਂਦੀ ਗੱਲ ਸੀ ਹਨਾ ਮਿਹਰਬਾਨੀ ਜੀ